ਸਾਸੀ ਕਾਲੀ ਸਾਰ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਵਿੱਚ ਅ ਅੱਜ ਦੀ ਵੀਡੀਓ ਦੇ ਦਾ ਤੁਸੀਂ ਟਾਈਟਲ ਪੜ੍ਹੀ ਲਿਆ ਹੋਣਾ ਕਿ ਕਿੰਨੇ ਕ ਪੈਸੇ ਜਿਹੜੇ ਲੱਗਦੇ ਆ ਰਮਾਨੀਅਨ ਅ ਕਿਉਂਕਿ ਅ ਪਹਿਲਾਂ ਜਿਹੜੀ ਜਿਹੜਾ ਪ੍ਰਾਈਸ ਸੀਗਾ ਕੁਝ ਹੋਰ ਸੀਗਾ ਹੁਣ ਕੁਝ ਹੋਰ ਪਹਿਲਾ ਪ੍ਰਾਈਸ ਜਿਹੜਾ ਸੀਗਾ ਨਾ ਵੀ ਕਿੰਨੇ ਕ ਪੈਸੇ ਲੋਕੀ ਦੇ ਕਿਉਂਦੇ ਉਹਦੇ ਵਿੱਚ ਜਿਨ੍ਹਾਂ ਨੂੰ ਪਤਾ ਵਾ ਜਿਹੜੇ ਆਮ ਆਮ ਮਤਲਬ ਕਿ ਜਿਹੜੇ ਗਲਫ ਦੇ ਵਿੱਚ ਆ ਜਾਂ ਜਿਹੜੇ ਲੋਕ ਉਹ ਇਦਾਂ ਦੇ ਕਿ ਜਿਹੜੇ ਇਹੋ ਜਿਹੀ ਚੀਜ਼ਾਂ ਦੀ ਜਾਣਕਾਰੀ ਰੱਖਦੇ ਆ ਜਾਂ ਜਿਨ੍ਹਾਂ ਦੇ ਰਿਲੇਟਿਵ ਰੱਖਦੇ ਆ ਉਹਨਾਂ ਨੂੰ ਪਤਾ ਹੁੰਦਾ ਯਾਰ ਕਿ ਇੰਨੇ ਪੈਸੇ ਲੱਗਦੇ ਆ ਬਟ ਉਹਦੇ ਵਿੱਚ ਕੁਝ ਲੋਕ ਆ ਜਿਹੜੇ ਮਿਸ ਗਾਈਡ ਹੋ ਜਾਂਦੇ ਆ ਏਜੰਟ ਜਿਹਨਾਂ ਦਾ ਜਿਹਦਾ ਮਾਈਂਡ ਫਰੈਸ਼ ਕਰ ਦਿੰਦੇ ਕਿ ਇੰਨੇ ਪੈਸੇ ਲੱਗਦੇ ਆ ਬਸ ਯੂਰਪ ਦੇ ਨਾਲ ਹੀ ਲੱਗਦਾ ਉੱਥੋਂ ਤੁਸੀਂ ਬੜੇ ਆਰਾਮ ਨਾਲ ਜਾ ਸਕਦੇ ਆ ਉਹ ਸੀਗਾ ਪਹਿਲਾਂ 2023 ਦੇ ਵਿੱਚ ਹੁਣ 2024 ਆ ਮਾਰਚ ਤੋਂ ਸ਼ੈਨਗਨ ਜ਼ੋਨ ਦੇ ਵਿੱਚ ਮਤਲਬ ਕਿ ਆਲਮੋਸਟ ਸ਼ੈਨਗਨ ਜ਼ੋਨ ਦੇ ਵਿੱਚ ਹੈਗਾ ਵਾ ਬਾਇਲੈਂਡ ਬਾਰਡਰ ਤੁਸੀਂ ਨਹੀਂ ਜਾ ਸਕਦੇ ਨੈਕਸਟ ਈਅਰ ਤੋਂ ਸਟਾਰਟ ਹੋ ਜਾਣਾ ਉਹ ਵੀ ਠੀਕ ਆ ਸੋ ਹੁਣ ਥੋੜਾ ਜਾਂ ਲੋਕਾਂ ਦੀ ਹੈ ਕਿ ਯਾਰ ਸ਼ੈਂਗਨ ਜ਼ੋਨ ਦੇ ਵਿੱਚ ਕਿਉਂਕਿ ਇੱਕ ਜਿੱਦਾਂ ਮਤਲਬ ਕਿ ਇਮੇਜ ਇਦਾਂ ਦੀ ਹੋ ਗਈ ਆ ਜਿੰਨੇ ਕਰਮਾਨੀਆਂ ਆਏ ਸੀ ਨਾ ਹੁਣ ਤੱਕ ਲੋਕ ਜਿੰਨੇ ਵੀ ਆਏ ਸੀਗੇ ਉਹਦੇ ਚੋਂ ਮੈਂ ਕਹਿੰਦਾ ਵੀ ਕੋਈ 40 50% ਜਿਹੜੇ ਲੋਕ ਚਲੇ ਗਏ ਆ ਕਿ ਮੂਵ ਔਨ ਹੋ ਕੇ ਕੋਈਆਂ ਦੀ ਕੰਪਨੀਆਂ ਦੀ ਪ੍ਰੋਬਲਮ ਤਾਂ ਕੋਈ ਜਿੰਨਾ ਕਈ ਲੋਕ ਇਦਾਂ ਦੇ ਜਿਨ੍ਹਾਂ ਦੇ ਰਿਲੇਟਿਵ ਸੀਗੇ ਸਪੇਨ ਜਰਮਨ ਫ੍ਰਾਂਸ ਪੁਰਤਗਲ ਵਰਗੇ ਕੰਟਰੀਆਂ ਚ ਕਿਉਂਕਿ ਪੁਰਤਗਲ ਪਹਿਲੋ ਪੇਪਰ ਦਿੰਦਾ ਸੀਗਾ ਨਾ ਪੇਪਰ ਜਿੱਦਾਂ ਮਤਲਬ ਉੱਥੇ ਪਣ ਜਾਂਦੇ ਸੀਗੇ ਲੋਕੀ ਤੜਾ ਤੜਾ ਨਿਕਲ ਗਏ ਜਿਹੜਾ 1 ਅਪ੍ਰੈਲ ਤੋਂ ਜਿੱਦਾਂ ਬਾਅਦ ਚ ਤੇ ਉਹ ਉਹ ਤੋਂ ਬਾਅਦ ਚ ਫਿਰ ਹੁਣ ਥੋੜਾ ਜਿਹਾ ਜਿਹੜਾ ਕਿ ਮਤਲਬ ਮਿਸ ਗਾਈਡ ਜੇ ਲੁੱਕੀ ਹੋ ਗਿਆ ਜਾਂ ਲੋਕਾਂ ਨੂੰ ਥੋੜਾ ਜਿਹਾ ਇਦਾਂ ਹੋ ਗਿਆ ਪਤਾ ਨਹੀਂ ਯਾਰ ਕੀ ਰੇਟ ਹੋਊਗਾ ਹਨਾ ਹੁਣ ਅ ਜੇ ਆਪਾਂ ਇਤੋਂ ਲਾਵਾਂ ਕ੍ਰੋਸ਼ੀਅਾ ਦੀ ਗੱਲ ਕਰ ਲਈ ਜਦੋਂ ਕ੍ਰੋਸ਼ੀਅਨ ਸ਼ੇਨਗਨ ਜ਼ੋਨ ਦੇ ਵਿੱਚ ਆਇਆ ਸੀ ਨਾ ਉਸ ਤੋਂ ਪਹਿਲਾਂ ਕ੍ਰੋਸ਼ੀਅਾ ਦਾ ਪ੍ਰਾਈਸ ਕੁਝ ਹੋਰ ਸੀਗਾ 3.5 ਲੱਖ ਇੰਡੀਆ ਦਾ ਸੀਗਾ ਜਿਆਦਾ ਸ਼ੇਨਗਨ ਜ਼ੋਨ ਦੇ ਵਿੱਚ ਆਇਆ ਮਤਲਬ ਉਹ ਪ੍ਰੋਪਰ ਸ਼ੇਨਗਨ ਜ਼ੋਨ ਦੇ ਵਿੱਚ ਸੀਗਾ ਲੈਂਡ ਬਾਰਡਰ ਉਸ ਤੋਂ ਬਾਅਦ ਬਾਈ ਫਲਾਈਟ ਤੋਂ ਸੀ ਬਾਈ 에ਅਰ ਜਿਹਨੂੰ ਕਹਿ ਲੈਂਦੇ ਆ ਜਾਂ ਬਾਈ ਸੀ ਮਤਲਬ ਪ੍ਰੋਪਰ ਸੀਗਾ ਬਟ ਇਹ ਪ੍ਰੋਪਰ ਨਹੀਂ ਹੈਗਾ ਇਹ ਹੈਗਾ ਲੈਂਡ ਬਾਰਡਰ ਨਹੀਂ ਐਂਟਰ ਹੋਇਆ ਬਟ ਈਜ਼ੀ ਆ ਬਾਈ 에ਅਰ ਵੀ ਠੀਕ ਹੈ ਕਿਉਂਕਿ ਜਿੱਦਾਂ ਹਰ ਬੰਦਾ ਜਿਹੜੇ ਬੰਦੇ ਆ ਜਿਹੜਾ ਬੰਦਾ ਇੱਥੋਂ ਗਿਆ ਉਹ ਐਕਸਪੀਰੀਅੰਸ ਦੱਸਦਾ ਰਹਿੰਦਾ ਉਹਦੇ ਕਰਕੇ ਜਿਹੜਾ ਹੁਣ ਕਰੋਸ਼ੀਆ ਦਾ ਰੇਟ ਆ ਕਰੋਸ਼ੀਆ ਕੰਟਰੀ ਦਾ ਉਹ ਇੱਕੋ ਦਾਮ ਜਿਹੜਾ ਵਾ ਚੜ ਗਿਆ 7 ਲੱਖ 8 ਲੱਖ ਕਰੋਸ਼ੀਆ ਦੇ ਵਿੱਚ ਕੋਈ ਇਦਾਂ ਦੇ ਬੰਦੇ ਆ ਜਿਹੜੇ 12-12 ਲੱਖ ਦੇ ਕੇ ਗਏ ਆ ਨਾਮ ਕੀ ਸੀ ਕਿ ਤੁਸੀਂ ਇੰਡੀਆ ਤੋਂ ਕਰੋਸ਼ੀਆ ਪਹੁੰਚੋ ਤੇ ਕਰੋਸ਼ੀਆ ਤੋਂ ਫਿਰ ਤੁਸੀਂ ਜਿੱਦਾਂ ਹੀ ਪੁਰਤਗਾਲ ਉਹ ਚੀਜ਼ ਕਰਕੇ ਲੋਕ ਬਹੁਤ ਜ਼ਿਆਦਾ ਜਿਹੜੇ ਆ ਉੱਥੇ ਪੈਸੇ ਦੇ ਕੇ ਗਏ ਸੋ ਇਸ ਟਾਈਮ ਜਿਹੜਾ ਕਰੋਸ਼ੀਆ ਦਾ ਰੇਟ ਆ ਉਹ 6 ਲੱਖ ਤੋਂ ਲੈ ਕੇ 8-9 ਲੱਖ ਦੇ ਵਿੱਚ ਆ ਮਤਲਬ ਇੰਨਾ ਵੀ ਜਿਹੜਾ ਆਮ ਚੱਲਦਾ ਹੋਇਆ ਹੁਣ ਗੱਲ ਕਰਦੇ ਹਾਂ ਰូមਾਨੀਆ ਦੀ ਮਾਨੀਆ ਸ਼ੈਨਗਨ ਜ਼ੋਨ ਦੇ ਵਿੱਚ ਔਨ ਕਰਕੇ ਜਿਹੜਾ ਰੇਟ ਆ ਜਿਹੜਾ ਪ੍ਰਾਈਸ ਆ ਹੁਣ ਜਿਹੜਾ ਪ੍ਰਾਈਸ ਇਸ ਟਾਈਮ ਚੱਲਦਾ ਪਿਆ ਵਾ ਜੇ ਤੁਸੀਂ ਬਹੁਤਾ ਨਾ ਕਹੋ ਮਤਲਬ ਇੱਕ ਮੀਡੀਅਮ ਪ੍ਰਾਈਸ ਜਿਹੜਾ ਰੱਖ ਲਓ 3 ਲੱਖ ਤੋਂ ਲੈ ਕੇ 1.5 ਤੋਂ 4 ਲੱਖ ਦੇ ਵਿੱਚ ਵਿੱਚ ਇੰਨੇ ਦੇ ਵਿੱਚ ਵਿੱਚ ਜਿਹੜੇ ਲੋਕ ਆ ਰਹੇ ਕੋਈ 3 ਲੱਖ ਦੇ ਕੇ ਆ ਰਹੇ ਕੋਈ 3.5 ਕੋਈ 4 ਕੋਈ 4.5 ਹੱਦ 5 ਮਤਲਬ ਜੇ ਕੋਈ ਬਹੁਤਾ ਹੈਗਾ ਜਾਂ ਕਿਸੇ ਨੂੰ ਇੰਦਾ ਨਹੀਂ ਪਤਾ ਹੈਗਾ ਜਾਂ ਕਿਸੇ ਨੇ ਦੱਸਿਆ ਨਹੀਂ ਹੈਗਾ ਜਾਂ ਉਸ ਬੰਦੇ ਨੇ ਇਸ ਮੁਲਕ ਬਾਰੇ ਜਾਣਕਾਰੀ ਇਕੱਠੀ ਨਹੀਂ ਕੀਤੀ ਹੈਗੀ ਜਾਂ ਕਿਸੇ ਨੇ ਪੁੱਛਿਆ ਦੱਸਿਆ ਨਹੀਂ ਹੈਗਾ ਕਿਉਂਕਿ ਆਪਣਾ ਜਿਹੜਾ ਥੋੜਾ ਜਿਹਾ ਟ੍ਰੈਂਡ ਹਨ ਕਿ ਯਾਰ ਚੋਪ ਚਪੀਤੇ ਹਾਂ ਨਿਕਲ ਜਾਓ ਵੀ ਏਜੰਟ ਏ ਇੰਨਾ ਕਹਿ ਦਿੰਦੇ ਆ ਕਿ ਤੁਸੀਂ ਰਮਾਨੀਆ ਜਾਓ ਰਮਾਨੀਆ ਜਾਣ ਤੋਂ ਬਾਅਦ ਚ ਤੁਸੀਂ ਉੱਥੇ ਜਦੋਂ ਤੁਹਾਡਾ ਟੀਆਰਸੀ ਕਾਰਡ ਬਣ ਜਾਂਦਾ ਤਿੰਨਾਂ ਮਹੀਨਿਆਂ ਚ ਤੇ ਤੁਸੀਂ ਮੈਂ ਤੁਹਾਨੂੰ ਉੱਥੋਂ ਫਲਾਣੀ ਜਗ੍ਹਾ ਪਹੁੰਚਾ ਦੂੰਗਾ ਸੋ ਇਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਉਹਦੇ ਵਿੱਚ ਬੰਦੇ ਨੂੰ ਕਾਜੋ ਬੰਦੇ ਹੁੰਦੇ ਜਿਹੜੇ 8-8 ਸਾਲ-ਸਾਲ ਲੱਖ ਰੁਪਈਆ ਦੇ ਕੇ ਜਾਂਦੇ ਆ ਬਟ ਨੋਰਮਲੀ ਇਹ ਜਿਹੜਾ ਪ੍ਰਾਈਸ ਆ ਉਹ 3 ਕ ਲੱਖ ਤੋਂ ਲੈ ਕੇ 4.5 ਲੱਖ ਦੇ ਵਿੱਚ ਵੀ ਜਿਹੜਾ ਇਸ ਟਾਈਮ ਜਿਹੜਾ ਚੱਲਦਾ ਪਿਆ ਵਾ ਸੋ ਬਹੁਤਾ ਪ੍ਰਾਈਸ ਨਹੀਂ ਹੈਗਾ ਕਿਉਂਕਿ ਜੇ ਤੁਸੀਂ ਕਹਿ ਲਓ ਹੁਣ ਮੈਂ ਤੁਹਾਨੂੰ ਇੱਕ ਰਿਐਲਿਟੀ ਦੱਸਦਾ ਸਾਰੇ ਕੰਟਰੀਆਂ ਦੀ ਹੈਗੀ ਹੈ ਮਿਹਰਮਾਨੀ ਦੱਸਣ ਲੱਗਾ ਤੁਹਾਨੂੰ ਕਰੋਸ਼ੀਆ ਦੀ ਵੀ ਹੈਗੀ ਸਾਰੇ ਦੀ ਹੈਗੀ ਇੱਥੇ ਜੇ ਕੋਈ ਚੰਗੀ ਕੰਪਨੀ ਜਾਂ ਚੰਗਾ ਓਨਰ ਹਨ ਉਸ ਬੰਦੇ ਨੂੰ ਇੱਕ ਵੀਜ਼ਾ ਅਪਲਾਈ ਕਰਨ ਵਾਸਤੇ ਕੋਈ ਜ਼ਿਆਦਾ ਪੈਸੇ ਨਹੀਂ ਦੇਣੇ ਪੈਂਦੇ ਕਨਵਰਟ ਟੂ ਮੈਂ ਯੂਰੋ ਜੀ ਦੱਸ ਦੂੰਗਾ ਤੁਹਾਨੂੰ ਤੇ ਯੂਰੋ ਜੀ ਤੁਸੀਂ ਹਿਸਾਬ ਲਾ ਸਕਦੇ ਹੋ ਇਹ ਇੱਥੇ ਮੰਨ ਲਓ ਫਾਰ ਇਗਜ਼ਾਮਪਲ ਜੇ ਮੇਰੇ ਕੋਲ ਕੋਈ ਕੰਪਨੀ ਹੈ ਮੈਨੂੰ ਇੱਕ ਜਿਹੜਾ ਵਰਕਰ ਚਾਹੀਦਾ ਉਹ ਵਰਕਰ ਕਾਰਪੈਂਟਰ ਹੋ ਸਕਦਾ ਸਟੀਲ ਫਿਕਸਰ ਹੋ ਸਕਦਾ ਜਾਂ ਇੱਕ ਕੁੱਕ ਹੋ ਸਕਦਾ ਮੈਂ ਉਹਦਾ ਵੀਜ਼ਾ ਅਪਲਾਈ ਕਰਦਾ ਹਾਂ ਇੰਡੀਆ ਤੋਂ ਤੇ ਮੈਨੂੰ ਸਭ ਤੋਂ ਪਹਿਲਾਂ ਤੇ ਮੇਰੀ ਜਿਹੜੀ ਕੰਪਨੀ ਹੋ ਜੈਨੂਇਨ ਚਾਹੀਦੀ ਹੈ ਟੈਕਸ ਪੇਰ ਚਾਹੀਦੀ ਹੈ ਮਤਲਬ ਮੈਂ ਉਸ ਕੰਪਨੀ ਦਾ ਟੈਕਸ ਪੇ ਕਰਦਾ ਹੋਣਾ ਮੇਰੀ ਜਿਹੜੀ ਕੰਪਨੀ ਵਧੀਆ ਮਤਲਬ ਉਹਦੀ ਟਰੈਵਲ ਹਿਸਟਰੀ ਵਧੀਆ ਹੋਣੀ ਚਾਹੀਦੀ ਹੈ ਇਹੇ ਤਾਂ ਨਾ ਮਾ ਜਿਹੜਾ ਮੇਰਾ ਕੰਮਕਾਰ ਆ ਉਹ ਇਦਾਂ ਦਾ ਹੋਣਾ ਚਾਹੀਦਾ ਵਾ ਇਮੀਗ੍ਰੇਸ਼ਨ ਨੂੰ ਇਦਾਂ ਲੱਗਣਾ ਚਾਹੀਦਾ ਕਿ ਹਾਂ ਵੀ ਇਸ ਬੰਦੇ ਕੋਲ ਇਸ ਚੀਜ਼ ਦਾ ਕੰਮ ਆ ਤੈਨੂੰ ਵਾਕਈ ਬੰਦਾ ਚਾਹੀਦਾ ਫੋਰ ਐਗਜ਼ਾਮਪਲ ਮੇਰੇ ਕੋਲ ਰੈਸਟੋਰੈਂਟ ਠੀਕ ਆ ਮੇਰੇ ਰੈਸਟੋਰੈਂਟ ਦੇ ਵਿੱਚ ਮੈਨੂੰ ਇੱਕ ਕੁੱਕ ਚਾਹੀਦਾ ਠੀਕ ਆ ਮੈਂ ਉਹਦੀ ਰਿਕੁਆਇਰ ਪਾ ਰਿਆਂ ਕਿ ਮੈਨੂੰ ਇੱਕ ਕੁੱਕ ਚਾਹੀਦਾ ਠੀਕ ਆ ਉਹ ਜਿਹੜਾ ਪ੍ਰੋਪਰ ਜਿਹੜਾ ਜਿਹੜਾ ਰੈਸਟੋਰੈਂਟ ਆ ਉਹਦੀ ਇਹ ਪ੍ਰੋਪਰ ਦੇਖਦੇ ਆ ਟਰੈਵਲਿਸ ਦੀ ਕਿੰਨੇ ਚਿਰ ਤੋਂ ਆ ਕੀ ਇਹਦੀ ਇਨਕਮ ਆ ਕਿੰਨਾ ਟੈਕਸ 페 ਕੀਤਾ ਵਾ ਇਹ ਖੁਦ ਬੰਦਾ ਕੀ ਕੰਮ ਕਰਦਾ ਕਿੰਨੇ ਵਰਕਰ ਇਹਦੇ ਕੋਲ ਸੈਲਰੀ ਦਾ ਸਿਸਟਮ ਕੀ ਆ ਉਹ ਸਾਰਾ ਕੁਝ ਹੁੰਦਾ ਹਨ ਤੇ ਉਹਦੇ ਚ ਉਹ ਬੰਦਾ एलिਜੀਬਲ ਹੁੰਦਾ ਵਾ ਵੀਜ਼ਾ ਅਪਲਾਈ ਕਰਨ ਵਾਸਤੇ ਇਮੀਗ੍ਰੇਸ਼ਨ ਵਿੱਚ ਉਹਨੇ ਜਸਟ ਕੰਪਨੀ ਦੇ ਜਿਹੜੇ ਆ ਸਾਰੇ ਡਾਕੂਮੈਂਟ ਲਾਉਣੇ ਹੁੰਦੇ ਆ ਡਾਕੂਮੈਂਟ ਲਾਉਣ ਤੋਂ ਬਾਅਦ ਜਿਹੜਾ ਬੰਦਾ ਉਹਨੇ ਇੰਡੀਆ ਤੋਂ ਲੈ ਕੇ ਆਉਣਾ ਹਾਇਰ ਕਰਨਾ ਉਹਦੇ ਡਾਕੂਮੈਂਟ ਮਗਾਉਣੇ ਹੁੰਦੇ ਉਹਦੀ ਉਹਦਾ ਪਾਸਪੋਰਟ ਮਗਾਉਣਾ ਹੁੰਦਾ ਫਿਰ ਉਹਦੇ PCC ਮਤਲਬ ਉਹ ਡਾਕੂਮੈਂਟ ਜਿਹੜੇ ਮਗਾਉਣੇ ਹੁੰਦੇ ਆ ਉਹ ਮਗਾਉਣ ਤੋਂ ਬਾਅਦ ਇੱਥੇ ਜਦੋਂ ਲਿਆਉਣੇ ਆ ਫਿਰ ਜਿਹੜੇ ਕੁਝ ਡਾਕੂਮੈਂਟ ਰੈਡੀ ਕਰਨੇ ਆ ਕੋਈ ਡਾਕੂਮੈਂਟ ਆਲਰੇਡੀ ਰੈਡੀ ਹੁੰਦੇ ਪਰ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਉਹਨੂੰ ਟਰਾਂਸਲੇਟ ਕਰਾਉਣੀਆਂ ਹੁੰਦੀਆਂ ਕੋਈ ਡਾਕੂਮੈਂਟ ਜਿਹੜੇ ਇੰਡੀਆ ਤੋਂ ਬੰਦੇ ਦੇ ਇੱਥੇ ਆਏ ਆ ਉਹ ਟਰਾਂਸਲੇਟ ਕਰਾ ਕੇ ਫਿਰ ਅਪਾਇੰਟਮੈਂਟ ਲੈਣੀ ਹੁੰਦੀ ਹੈ ਜਿਹੜੀ ਅਪਾਇੰਟਮੈਂਟ ਫ੍ਰੀ ਆਫ ਕੋਸਟ ਇੱਥੇ ਪਹਿਲਾਂ ਤਾਂ ਸਿਸਟਮ ਹੋ ਸੀਗਾ ਪਹਿਲਾਂ ਅਪਾਇੰਟਮੈਂਟ ਨਹੀਂ ਮਤਲਬ ਆਫਲਾਈਨ ਜਾ ਕੇ ਜਮਾ ਕਰਾ ਦਿੰਦੇ ਸੀ ਤੇ ਹੁਣ ਜਿਹੜਾ ਸਿਸਟਮ ਆ ਹੁਣ ਤੁਹਾਨੂੰ ਅਪਾਇੰਟਮੈਂਟ ਲੈਣੀ ਪੈਂਦੀ ਆ ਜਿਹੜਾ ਰូមਾਨੀਆ ਦਾ ਜਿਹੜਾ ਆਈਜੀਆਈ ਪੋਰਟਲ ਆ ਜਿੱਥੋਂ ਤੁਹਾਨੂੰ ਜਿਹੜੇ ਇਮੀਗ੍ਰੇਸ਼ਨ ਦਾ ਪੋਰਟਲ ਆ ਜਿੱਥੋਂ ਤੁਸੀਂ ਅ ਅਪਾਇੰਟਮੈਂਟ ਲੈਣੀ ਉਹ ਫ੍ਰੀ ਆਫ ਕੋਸਟ ਆ ਉਹਦੀ ਕੋਈ ਕੋਸਟ ਨਹੀਂ ਹੈਗੀ ਜਸਟ ਸਿਰਫ ਸਮਾਲ ਜੀ ਕੋਸਟ ਦਾ ਡਾਕੂਮੈਂਟ ਦੀ ਕਿ ਡਾਕੂਮੈਂਟ ਦੇ ਜਿਹੜੇ ਮਾੜਾ ਮੋਟਾ ਖਰਚਾ ਟਰਾਂਸਫਰ ਕਰਾਉਣ ਦਾ ਜਾਂ ਇਧਰ ਉਧਰ ਉਹੀ ਜਿਹੜਾ ਖਰਚਾ ਵਾ ਤੇ ਉਹ ਜੋ ਤੁਸੀਂ ਅਪਲਾਈ ਕਰਨੇ ਵਰਕ ਪਰਮਿਟ ਤੇ 90 ਦਿਨਾਂ ਦਾ ਟਾਈਮ ਦੇ ਦਿੰਦੇ ਆ ਉਹਦੇ ਵਿੱਚ ਵੀ ਤੁਹਾਨੂੰ ਜਿਹੜਾ ਵਰਕ ਪਰਮਿਟ ਮਿਲ ਜਾਂਦਾ ਬੰਦੇ ਆ ਜੇ ਤੁਸੀਂ ਤੁਹਾਡਾ ਸਾਰਾ ਕੁਝ ਵਧੀਆ ਵਾ ਲੀਜੀਬਲ ਹਾਂ ਇਦਾਂ ਹੀ ਜਿਹੜਾ ਕੰਪਨੀ ਦਾ ਠੀਕ ਆ ਉਹ ਵਰਕ ਪਰਮਿਟ ਤੋਂ ਬਾਅਦ ਚ ਉਹ ਵਰਕ ਪਰਮਿਟ ਲੈਣ ਤੋਂ ਬਾਅਦ ਉਹ ਚੀਜ਼ਾਂ ਸਾਰੇ ਹੋਣ ਤੋਂ ਬਾਅਦ ਜੇ ਤੁਹਾਨੂੰ ਤੁਹਾਨੂੰ ਜਿਹੜਾ ਮੂਹਕਾ ਪੇਪਰ ਵਰਕ ਪਰਮਿਟ ਦੇ ਦਿੰਦੇ ਹਨਾ ਬਾਈ ਮੇਲ ਵੀ ਹੁਣ ਆ ਰਿਹਾ ਵਾ ਠੀਕ ਆ ਉਹਨੂੰ ਫਿਰ ਤੁਸੀਂ ਜਮ੍ਹਾਂ ਕਰਾਉਣਾ ਹੁੰਦਾ ਦਿੱਲੀ ਦੇ ਵਿੱਚ ਜਿਹੜੀ ਰਮਾਨੀਆ ਦੀ ਐਮਬੈਸੀ ਹੈ ਉਹਦੇ ਵਿੱਚ ਵੀ ਹੁਣ ਅਪਾਇੰਟਮੈਂਟ ਚਲਦੀ ਆ ਅਪਾਇੰਟਮੈਂਟ ਲੈਣੀ ਪੈਂਦੀ ਆ ਅਪਾਇੰਟਮੈਂਟ ਲੈ ਕੇ ਇੱਕ ਫੀਸ ਆ ਜਿਹੜੀ 80 ਯੂਰੋ ਤੋਂ ਲੈ ਕੇ 120 ਯੂਰੋ ਦੇ ਵਿੱਚ ਹੈ ਜੇਨੀ 10 ਤੋਂ 15000 ਇੰਡੀਆ ਦਾ ਕਹਿ ਲੋ ਇੰਨੇ ਦਾ ਜਿਹੜਾ ਇੰਨੇ ਕ ਪੈਸੇ ਆ ਠੀਕ ਆ ਉਸ ਤੋਂ ਇਲਾਵਾ ਜਿਹੜੀ ਰੈਸਟੋਰੈਂਟ ਟਿਕਟ ਆ ਉਹ ਤਾਂ ਢੰਮੀ ਚੱਲ ਜਾਂਦੀ ਆ ਉਸ ਤੋਂ ਇਲਾਵਾ ਇੰਸ਼ੋਰਸ ਹੁੰਦਾ ਹੈ ਇੱਕ ਹੈਲਥ ਇੰਸ਼ੋਰ ਜਿਹੜਾ ਹੁੰਦਾ ਵਾ ਉਹ ਨਾਰਮਲ ਹੈਗਾ ਉਹ 2-3000 ਇੰਡੀਆ ਦੇ ਦਾ ਬਣ ਜਾਂਦਾ ਮਤਲਬ ਇਹੀ ਡਾਕੂਮੈਂਟ ਆ ਬਾਕੀ ਡਾਕੂਮੈਂਟ ਇੱਥੋਂ ਗਏ ਹੁੰਦੇ ਆ ਫਿਰ ਬੰਦੇ ਦੇ ਆਪ ਦੇ ਡਾਕੂਮੈਂਟ ਹੁੰਦੇ ਆ ਜਿਹਦੇ ਚ ਉਹਦੀ ਪੀਸੀਸੀ ਹੁੰਦੀ ਆ ਆਪਸਟਲ ਹੋਈ ਪਾਸਪੋਰਟ ਦੀ ਕਾਪੀ ਹੁੰਦੀ ਆ ਫਿਰ ਏਦਾਂ ਦੇ ਜਿਹੜੇ ਛੋਟੇ-ਮੋਟੇ ਡਾਕੂਮੈਂਟ ਆ ਉਹ ਸਾਰੇ ਲਾ ਕੇ ਜਦ ਯੂਐਸ ਦੇਨ ਦੀ ਅਪਾਇੰਟਮੈਂਟ ਹੁੰਦੀ ਆ ਉਸ ਦਿਨ ਜਿਹ ਉਦੇਰ ਉਹਦੇ ਕੰਮ ਦੇ ਨਾਲ ਰਿਲੇਟਡ ਉਹ ਕੇਸ ਕੰਮ ਦੇ ਵਿੱਚ ਜਾ ਰਿਹਾ ਵਾ ਕੀ ਸੈਲਰੀ ਆ ਜਾਂ ਕੀ ਆ ਉਹ ਸਾਰਾ ਐਗਰੀਮੈਂਟ ਚ ਲਿਖਿਆ ਹੁੰਦਾ ਉਹੀ ਕੁਝ ਉਹਨਾਂ ਨੇ ਪੁੱਛਣਾ ਹੁੰਦਾ ਜੇ ਤੁਹਾਡੇ ਇੰਟਰਵਿਊ ਵੈਸਟ ਆ ਵਧੀਆ ਤੁਹਾਡਾ ਵੀਜ਼ਾ ਲੱਗ ਜਾਂਦਾ ਕਹਿ ਲੋ ਕਿ ਇੱਕ ਟਿਕਟ ਜਿਹੜੀ ਟਿਕਟ ਇਨਕਲੂਡ ਕਰ ਲਓ ਜਿਹੜੀ ਜਦੋਂ ਤੁਸੀਂ ਫਲਾਈ ਕਰਨਾ ਜਦੋਂ ਤੁਸੀਂ ਆਉਣਾ ਇੱਥੇ ਟਿਕਟ ਇਨਕਲੂਡ ਕਰਕੇ ਇੱਥੇ ਦਾ ਖਰਚਾ ਇੱਕ ਜਿਹੜਾ ਮਾਲਕਾ ਉਸ ਵੱਲੋਂ ਜਿਹੜਾ ਕੀਤਾ ਜਾਂਦਾ ਖਰਚਾ ਉਹ ਨਾਰਮਲੀ 1 ਲੱਖ ਰੁਪਈਆ ਬਣੀ ਆਉਂਦਾ ਇੰਡੀਆ ਦਾ ਪੰਤੋਂ ਸਾਸੋ ਯੂਰੋ ਦੇ ਵਿੱਚ ਜਾਂ ਤੁਸੀਂ 800 ਯੂਰੋ ਲੈ ਲਓ ਇੰਨਾ ਕ ਖਰਚਾ ਮਤਲਬ ਸਾਰਾ ਜਿਹੜਾ ਵਾ ਖਰਚਾ ਕਹਿ ਰਹੇ ਆ ਬਟ ਇੱਥੇ ਕੀ ਕਰਦੇ ਇੱਥੇ ਅ ਕੁਝ ਇਦਾਂ ਦਾ ਸਿਸਟਮ ਆ ਕਿ ਜਿਹੜੇ ਇੱਥੇ ਏਜੰਸੀਆਂ ਵਾਂ ਉਹ ਏਜੰਸੀਆਂ ਐਮਪਲੋਇਰ ਮਤਲਬ ਮਾਲਕਾਂ ਲੱਭਦੀਆਂ ਵਾਂ ਉਹਨਾਂ ਨੂੰ ਪੈਸੇ ਦਾ ਆਫਰ ਦਿੰਦੀਆਂ ਕਿ ਤੁਸੀਂ ਸਾਡੇ ਕੋਲ 2500 ਲੈ ਲਿਓ 2000 ਲੈ ਲਿਓ 1500 ਲੈ ਲਿਓ ਯੂਰੋ ਸਾਨੂੰ ਇੱਕ ਵਰਕ ਪਰਮਿਟ ਦਿਓ ਫਿਰ ਉੱਥੇ ਜਿਹੜਾ ਜਿਹੜਾ ਵਾ ਰੇਟ ਵਾ ਦਾ ਵਾ ਜੀ ਇੱਕ ਜਿਹੜੀ ਏਜੰਸੀ ਆ ਜਿਸ ਬੰਦੇ ਕੋਲ ਉਹਨਾਂ ਨੇ ਜਿਹੜਾ ਵਰਕ ਪਰਮਟ ਲੈਣਾ ਆ ਇਹ ਉਹਨੂੰ 1000 ਯੂਰੋ ਦਾ ਆਫਰ ਕਰ ਰਹੀ ਆ ਠੀਕ ਆ 1000 ਯੂਰੋ ਤੁਸੀਂ ਉਹ ਲਾ ਲਓ ਬਾਕੀ ਇੰਡੀਆ ਤੋਂ ਉਹਨਾਂ ਦਾ 15-20000 ਦਾ ਉਹ ਖਰਚਾ 30000 ਦਾ ਠੀਕ ਆ ਫਿਰ ਹੋਰ ਇੱਕ ਟਿਕਟ ਦਾ ਖਰਚਾ ਪਾ ਕੇ ਇਦਾਂ ਨਾਰਮਲ ਖਰਚੇ ਪਾ ਕੇ ਇੱਕ ਏਜੰਸੀ ਦੀ ਜਿਹੜੀ ਕਾਸਟ ਆ 1.5 ਲੱਖ ਰੁਪਈਆ ਬਣ ਜਾਂਦੀ ਆ ਲੱਖ 1.5 ਲੱਖ ਇਹ ਵੀ ਮੈਂ ਜ਼ਿਆਦਾ ਕਹਿਣਾ ਬਟ ਇੰਨੀ ਹੈ ਨਹੀਂ ਇੰਨੀ ਹੀ ਵੜ ਜਾਂਦੀ ਆ ਤੇ ਉਹ ਬੰਦੇ ਕੋਲ ਫਿਰ ਚਾਰਜ ਕਰਦੇ ਆ ਡਬਲ ਤੇਨ ਲੱਖ ਸਾਢੇ 3 ਲੱਖ ਸੋ ਇਦਾਂ ਸਿਸਟਮ ਆ ਬਾਕੀ ਨਾਰਮਲ ਜਿਹੜਾ ਪ੍ਰਾਈਸ ਉਹ ਜ਼ਿਆਦਾ ਨਹੀਂ ਹੈਗਾ ਪ੍ਰਾਈਸ ਹਿਸਾਬ ਕਰਤਾ ਉਹਦਾ ਹੀ ਚੱਲਦਾ ਪਿਆ ਵਾ ਜ਼ਿਆਦਾ ਬਹੁਤਾ ਪ੍ਰਾਈਸ ਨਹੀਂ ਹੈਗਾ ਇੱਥੇ ਤਿੰਨ ਤੋਂ ਲੈ ਕੇ ਸਾਢੇ ਤਿੰਨ ਚਾਰ ਸਾਢੇ ਚਾਰ ਇੰਨੇ ਇੰਨੇ ਰੁਪਏ ਜਿਹੜੇ ਆ ਇਸ ਟਾਈਮ ਰូមਾਨੀਆ ਤੇ ਲੱਗਣਦੇ ਸੋ ਰូមਾਨੀਆ ਬੈਸਟ ਆ ਪੈਸੇ ਨੂੰ ਜੇ ਇੱਕ ਆਮ ਜਿਹਾ ਬੰਦਾ ਵਾ ਜਿਹੜਾ ਕਿ ਸੈਂਟਰਲ ਜਿਹਾ ਹੈਗਾ ਹਨਾ ਉਹ ਆ ਸਕਦਾ ਬਟ ਇਹਦੇ ਵਿੱਚ ਇੱਕ ਰਿਸਕ ਹੈ ਜਿਹੜਾ ਮੈਂ 2 ਸਾਲ ਪਹਿਲਾਂ ਬੋਲਦਾ ਸੀ 3 ਸਾਲ ਪਹਿਲਾਂ ਬੋਲਦਾ ਸੀ 1 ਸਾਲ ਪਹਿਲਾਂ ਬੋਲਦਾ ਸੀ ਅੱਜ ਵੀ ਬੋਲ ਰਿਹਾ ਵਾਂ ਇਥੇ TCRC ਕਾਰਡ ਦਾ ਰਿਸਕਾ TCRC ਕਾਰਡ ਬਹੁਤੇ ਬੰਦਿਆਂ ਦਾ ਨਹੀਂ ਬਣਦਾ ਹੈਗਾ ਨਵੇਂ ਮੁੰਡਿਆਂ ਨੂੰ ਪਤਾ ਨਹੀਂ ਹੁੰਦਾ ਹਨਾ ਬਸ ਮਾਲਕ ਨੇ ਕਿਹਾ ਤਾਂ ਹਾਂ ਉਹ ਜੂ ਅਪਲਾਈ ਹੋ ਚੁ ਠੀਕ ਆ ਉਹਦੇ ਉਸ ਜਿਹੜੇ ਪ੍ਰੋਬਲਮ ਦੇ ਵਿੱਚ TCRC ਕਾਰਡ ਨਹੀਂ ਇਥੇ ਬਣਦੇ ਕੋਈ ਜਿਹੜੀਆਂ ਏਜੰਸੀਆਂ ਵਾ ਉਹ ਥੋੜਾ ਜਿਹਾ ਮਿਸ ਗਾਈਡ ਕਰ ਦਿੰਦੀਆਂ ਉਹੀ ਉਹਨਾਂ ਨੇ ਪਹਿਲਾਂ ਪ੍ਰੋਪਰ ਕਿਹਾ ਹੁੰਦਾ ਕਿਉਂਕਿ ਉਹਨਾਂ ਨੇ ਕਿਹਾ ਹੁੰਦਾ ਕਿ ਬੰਦਾ ਲੈ ਆਓ ਤੇ ਉਸ ਤੋਂ ਬਾਅਦ 2-3 ਮਹੀਨੇ ਰੱਖੋ ਜੇ ਉਹ ਜਿਹੜੀ ਮੈਂ ਆਮ ਗੱਲ ਕਰਦਾ ਰਹਿੰਦਾ ਉਹ ਇਸ ਚੀਜ਼ ਦੇ ਵਿੱਚ ਜਿਹੜਾ TCRC ਕੜਤਨੀਆਂ ਕੰਪਨੀ ਚ ਨਹੀਂ ਬਣਦਾ ਅਮਦੇਸ਼ੀ ਹੁੰਦੇ ਆ ਠੀਕ ਹੈ ਟੀਆਰਸੀ ਕਾਰਡ ਨਹੀਂ ਮੰਰਦਾ ਤੁਹਾਨੂੰ ਕੋਈ ਕੰਮ ਨਹੀਂ ਦਿੰਦਾ ਸੋ ਇਹ ਜਿਹੜੀ ਜਿਹੜੀ ਚੀਜ਼ ਦਾ ਇਸ਼ੂ ਹੁੰਦਾ ਵਾ ਉਦਾਂ ਕੰਟਰੀ ਪੈਸੇ ਨੂੰ ਬੈਸਟ ਆ ਕੰਮ ਬਹੁਤ ਜ਼ਿਆਦਾ ਵਾ ਕੰਮ ਬਹੁਤ ਜ਼ਿਆਦਾ ਦੂਪਰੇ ਕੰਮ ਆ ਇੱਥੇ ਕਿਉਂਕਿ ਇੱਥੋਂ ਬਹੁਤ ਲੋਗ ਆ ਜਿਹੜੇ ਇੱਥੋਂ ਭੱਜ ਗਏ ਆ ਨਿਕਲ ਗਏ ਆ ਕੋਈ ਡੌਂਕੀਆਂ ਲਾ ਕੇ ਕੋਈ ਉਦਾਂ ਉਹਨਾਂ ਨੂੰ ਇਹ ਆ ਹੁਣ ਸਾਡੇ ਲੋਕਾਂ ਦਾ ਥੋੜਾ ਜਿਹਾ ਦਿਮਾਗ ਇਦਾਂ ਦਾ ਮੰਨ ਲਓ ਤੁਹਾਡਾ ਇੱਥੇ 50000 ਬਣਦਾ ਨਾ ਤੇ ਜੇ ਮੈਂ ਅੱਜ ਪੋਸਟ ਬਣਾਇਆ ਕਿ ਕੇ ਪੋਲੈਂਡ ਦੇ ਵਿੱਚ 60000 ਸੈਲਰੀ ਲੋਕੀ ਉੱਥੇ ਉੱਥੇ ਨੂੰ ਭੱਜਣਗੇ 10 10000 ਦੇ ਬਦਲੇ ਠੀਕ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ 4 ਸਾਲ ਇੱਥੇ ਸਪੈਂਡ ਕੀਤੇ ਆ 4 ਸਾਲ ਦਾ ਟੈਕਸ ਕਿੰਨਾ ਗਿਆ ਉਹ ਟੈਕਸ ਦਾ ਬੇਨਫਿਟ ਕੀ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਇਹ ਨਹੀਂ ਖਿਆਲਗਾ ਹੁਣ ਕੁਝ ਲੋਕ ਇੱਥੋਂ ਜਾ ਕੇ ਜਿਹੜੇ ਇੱਥੇ 50000 ਕਮਾਉਂਦੇ ਸੀਗੇ